ਪੰਜਾਬ ਕੈਬਨਿਟ ਦੇ ਇੱਕ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਦਾ ਮਾਮਲਾ ਇੱਕ ਵਾਰ ਫਿਰ ਤੋਂ ਪੱਖ ਦਾ ਜਾ ਰਿਹਾ ਹੈ ਕਾਂਗਰਸ ਦੇ ਸੀਨੀਅਰ ਲੀਡਰ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਉਕਤ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਮਾਮਲੇ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿ ਦੇ ਨਾਲ ਮੁਲਾਕਾਤ ਕੀਤੀ ਅਤੇ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਥੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਕਈ ਅਪਰਾਧਿਕ ਕੇਸਾਂ ਵਿੱਚ ਫਸਾਏ ਜਾਣ ਦੀ ਰਾਜਪਾਲ ਨੂੰ ਸ਼ਿਕਾਇਤ ਕੀਤੀ ਹੈ ਉਨ੍ਹਾਂ ਦਾਵਾ ਕੀਤਾ ਕਿ ਖੈਰਾ ਖਿਲਾਫ ਕੀਤੀ ਜਾ ਰਹੀ ਕਾਰਵਾਈ ਦਾ ਕਾਰਨ ਖੈਰਾ ਦੇ ਵੱਲੋਂ ਹਾਲ ਹੀ ਵਿੱਚ ਮੰਤਰੀ ਦੇ ਏਜੰਸੀ ਸ਼ੋਸ਼ਣ ਦੀ ਇੱਕ ਵੀਡੀਓ ਨੂੰ ਰਾਜਪਾਲ ਨੂੰ ਸੌਂਪ ਕੇ ਮਾਮਲੇ ਨੂੰ ਜਨਤਕ ਕੀਤਾ ਜਾਣਾ ਹੈ ਉਨਾ ਖਦਸ਼ਾ ਜਤਾਇਆ ਕਿ ਹੁਣ ਸਾਨੂੰ ਪਤਾ ਲੱਗਿਆ ਕਿ ਪੰਜਾਬ ਪੁਲਿਸ ਸੀਐਮ ਦੇ ਕੈਂਟ ਦੇ ਸੁਖਪਾਲ ਸਿੰਘ ਖੈਰਾ ਨੂੰ ਡਰਾਉਣ ਤੇ ਉਹਦੀ ਆਵਾਜ਼ ਨੂੰ ਦਬਾਉਣ ਦੇ ਲਈ ਦੋ ਹੋਰ ਨਿਰਾਧਾਰ ਅਤੇ ਝੂਠੇ ਅਪਰਾਧਿਕ ਕੇਸ ਦਰਜ ਕਰਨ ਦੀ ਤਿਆਰੀ ਦੇ ਵਿੱਚ ਹੈ ਬਾਜਵਾ ਨੇ ਸੁਖਪਾਲ ਖੈਰਾ ਦੇ ਲਈ ਸੁਰੱਖਿਆ ਵੀ ਮੰਗੀ ਹੈ ਰਾਜਪਾਲ ਕੋਲ ਪਹੁੰਚੇ ਬਾਜਵਾ ਨੇ ਉਕਤ ਵੀਡੀਓ ਵਾਲੇ ਮੰਤਰੀ ਨੂੰ ਕੈਬਨਿਟ ਚੋਂ ਬਾਹਰ ਕਰਕੇ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ ਸੋ ਇਸ ਮਸਲੇ ਤੇ ਸੁਖਪਾਲ ਸਿੰਘ ਖੈਰਾ ਦੇ ਨਾਲ ਆਪਣੇ ਤਾਂ ਖੜੇ ਹੀ ਖੜੇ ਨੇ ਵਿਰੋਧੀ ਵੀ ਇੱਥੇ ਸੁਖਪਾਲ ਖੈਰਾ ਦੇ ਨਾਲ ਖੜੇ ਨਜ਼ਰ ਆ ਰਹੇ ਨੇ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ਤੇ ਬਣੀ ਹੋਈ ਸਿੱਟੇ ਸਵਾਲ ਚੁੱਕੇ ਨੇ ਤੇ ਨਾਲ ਹੀ ਖਹਿਰਾ ਦੇ ਪੱਖ ਵਿੱਚ ਬਿਆਨ ਦਿੱਤਾ ਹੈ। ਸੂਬਾ ਸਰਕਾਰ ਨੂੰ ਘੇਰਦਿਆਂ ਮਜੀਠੀਆ ਨੇ ਕਿਹਾ ਕਿ ਮਾਮਲੇ ਨੂੰ ਦਬਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਜਦੋਂ ਮਾਨਵ ਵਿਰੋਧੀ ਧਿਰ ਵਿੱਚ ਸਨ ਤਾਂ ਸਿੱਟਾ ਦਾ ਤਾਣਾ ਸਰਕਾਰਾਂ ਨੂੰ ਦਿੰਦੇ ਸਨ ਤੇ ਹੁਣ ਆਪ ਹੀ ਉਹ ਸਿੱਟ ਬਣਾ ਕੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦਿੰਦੇ ਨੇ। ਮਜੀਠੀਆ ਨੇ ਕਿਹਾ ਕਿ ਭਾਵੇਂ ਸੁਖਪਾਲ ਸਿੰਘ ਖਹਿਰਾ ਦੇ ਨਾਲ ਮੇਰੇ ਮਤਭੇਦ ਨੇ ਪਰ ਮੰਤਰੀ ਦੀ ਵੀਡੀਓ ਬਾਰੇ ਖੁਲਾਸਾ ਕਰਨ ਤੋਂ ਬਾਅਦ ਜਿਸ ਤਰ੍ਹਾਂ ਖਹਿਰਾ ਤੇ ਕੇਸ ਦਰਜ ਹੋਇਆ ਉਹ ਗਲਤ ਹੈ। ਮੇਰੇ ਸੋਅ ਮਤ ਪੇਧ ਹੋਣ ਜੀ ਬਟ ਆ ਸਟੈਂਡ ਵਿਦ ਸੁਖਪਾਲ ਖਹਿਰਾ ਕਿ ਉਹਤੇ ਵੀ ਫਾਰ ਐਕਸਪੋਜ਼ਿੰਗ ਕਾਰਨਾਮੇ ਭਾਈ ਥੋੜੇ ਬੰਦੇ ਦੇ ਤੇ ਜਿਹੜਾ ਬਦਲਾਵ ਦੀ ਇਹੋ ਜੇ ਝੂਠੇ ਬਦਲਾਵ ਦੇ ਚਿਹਰੇ ਨੰਗੇ ਕਰੇ ਉਹਤੇ ਤੁਸੀਂ ਕਾਰਵਾਈ ਕਰ ਰਹੇ ਹੋ ਔਰ ਜਿਹੜੀ ਇਹ ਸ਼ਿਟ ਬਣਾਈ ਆ ਇਹ ਸ਼ਿਟ ਬਾਅਦ ਆਪ ਹੀ ਭਗਵਾਨਤਪਾਨ ਕਹਿੰਦੇ ਸ਼ਿਟਾਂ ਬੇ ਸ਼ਿਟਾਂ ਨੇ ਸਾਰੀਆਂ ਔਰ ਇਹ ਸਿਰਫ ਪੜ੍ਹਾਈ ਗਈ ਆ ਆਪਰੇਸ਼ਨ ਕਵਰ ਅਪ ਇਹਨਾਂ ਨੂੰ ਤਾਂ ਸ਼ਰਮ ਹੀ ਕੋਈ ਨਹੀਂ ਔਰ ਜਿਹੜਾ ਜਿਹੜਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਚੱਲਿਆ ਜਿਹੜੇ ਆਪੋਜੀਸ਼ਨ ਦੇ ਬੜੇ ਘੱਟ ਲੀਡਰ ਬੋਲ ਰਹੇ ਆ ਜਿਹੜੇ ਬੋਲ ਰਹੇ ਆ ਉਹਨਾਂ ਨੂੰ ਵਨ ਬਾਏ ਵਨ ਟਾਰਗੇਟ ਕੀਤਾ ਜਾਊਗਾ ਇੱਕ ਇੱਕ ਨਾਰਮਲ ਇਨਫੋਰਮੇਸ਼ਨ ਪੁਲਿਸ 'ਚ ਚੱਲ ਰਹੀ ਹੈ ਕੀ ਭਾਈ ਇਹਨਾਂ ਦੇ ਮੂੰਹ ਬੰਦ ਕਰਾਓ ਜਿਵੇਂ ਮਰਜ਼ੀ ਕਰੋ ਨਵਜੋਤ ਸਿੰਘ ਸਿੱਧੂ ਨੇ ਵੀ ਸੁਪਾਲ ਸਿੰਘ ਖੈਰਾ ਸਮੇਤ ਬਰਿੰਦਰ ਮੀਤ ਸਿੰਘ ਪਾੜਾ ਦੇ ਹੱਕ ਵਿੱਚ ਟਵੀਟ ਕੀਤਾ ਹੈ ਸਿੱਧੂ ਨੇ ਕਿਹਾ ਕਿ ਖੈਰਾ ਤੇ ਪੁਲwidehat DC ਮਾਮਲੇ ਵਿੱਚ ਜਿਹੜੀ ਗੈਰ ਜ਼ਮਾਨਤੀ ਧਾਰਾ ਜੋੜੀ ਗਈ ਹੈ ਤੇ ਗੁਰਦਾਸਪੁਰ ਤੋਂ ਕਾਂਗਰਸ ਦੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਦੇ ਪਿਤਾ ਖਿਲਾਫ ਜਿਹੜਾ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ ਉਹ ਗਲਤ ਹੈ ਸਿੱਧੂ ਨੇ ਟਵੀਟ ਕਰਕੇ ਇਹਨਾਂ ਦੋਵਾਂ ਨੂੰ ਕਾਂਗਰਸ ਦੇ ਬਹਾਦਰ ਦਿਲ ਦੱਸਿਆ ਸਿੱਧੂ ਨੇ ਕਿਹਾ ਕਿ ਬਹਾਦਰ ਦਿਲ ਇਨਸਾਨ ਸਰਕਾਰ ਦੀਆਂ ਤੱਕੇਸ਼ਾਈਆਂ ਦੇ ਬਾਵਜੂਦ ਮੈਦਾਨ 'ਚ ਡਟੇ ਹੋਏ ਨੇ ਤੇ ਖੈਰਾ ਨੇ ਵੀ ਫਿਰ ਸਿੱਧੂ ਦੇ ਟਵੀਟ ਨੂੰ ਰੀਟਵੀਟ ਕਰਕੇ ਸਮਰਥਨ ਦੇਣ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਸੋ ਵੀਡੀਓ ਮਸਲਾ ਜਿਹੜਾ ਪੱਖਿਆ ਹੋਇਆ ਹੈ ਇਸ ਤੇ ਰਾਜਪਾਲ ਦੇ ਨਿਰਦੇਸ਼ਾਂ ਅਤੇ ਐਸਸੀ ਕਮਿਸ਼ਨ ਦੀ ਖਿਚਾਈ ਤੋਂ ਬਾਅਦ ਪੰਜਾਬ ਪੁਲਿਸ ਨੇ ਸਿੱਟ ਬਣਾ ਦਿੱਤੀ ਹੈ ਤੇ ਮਾਨ ਸਰਕਾਰ ਨੇ ਵੀ ਗ੍ਰਹਿ ਵਿਭਾਗ ਤੋਂ ਕਾਰਵਾਈ ਰਿਪੋਰਟ ਮੰਗ ਲਈ ਹੈ ਪਰ ਇਸ ਦਰਮਿਆਨ ਇਹ ਨਹੀਂ ਪਤਾ ਕਿ ਉਕਤ ਮੰਤਰੀ ਜੀ ਕਿੱਥੇ ਨੇ ਜਨਤਕ ਤੌਰ ਤੇ ਇੱਕ ਤਰੀਕੇ ਦੇ ਨਾਲ ਇਹ ਮੰਤਰੀ ਜੀ ਰੂਪੋਸ਼ ਹੋ ਚੁੱਕੇ ਨੇ ਮਾਮਲੇ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਇਸ ਦੀ ਮੰਗ ਸਾਰੀਆਂ ਵਿਰੋਧੀ ਧਿਰਾਂ ਕਰ ਰਹੀਆਂ ਨੇ ਅਤੇ ਉਕਤ ਮੰਤਰੀ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕਰਕੇ ਗ੍ਰਿਫਤਾਰੀ ਦੀ ਮੰਗ ਵੀ ਕਰ ਰਹੀਆਂ ਨੇ